ਗਿਆਨੀ ਸੁਖਜੀਤ ਸਿੰਘ ਜੀ ਕਨਈਆ ਸਤਿਕਾਰਯੋਗ ਪ੍ਰਚਾਰਕ ਸੰਗਤਾਂ ਦੇ ਸਨਮੁਖ ਹੋ ਰਹੇ ਨੇ। ਨੂਰੇ ਹੱਕ ਸ਼ਮਾ ਇਲਾਹੀ ਕੋ ਬੁਝਾ ਸਕਤਾ ਹੈ ਕੌਣ, ਜਿਸਕਾ ਹਾਮੀ ਹੋ ਖੁਦਾ ਉਸੇ ਮਿਟਾ ਸਕਤਾ ਹੈ ਕੌਣ। ਪੰਥ ਰਤਨ ਕੌਮੀ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਤੇ ਜੂਨ 84 ਦੇ ਸਮੁੱਚੇ ਸ਼ਹੀਦਾਂ ਦੀ ਯਾਦ ਦੇ ਅੰਦਰ ਜੁੜ ਬੈਠੇ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀ, ਰਸਨਾ ਪਵਿੱਤਰ ਕਰੋ, ਏਕੇ ਵਾਰ ਕਹਿਣ 'ਤੇ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੰਮ੍ਰਿਤ ਬੋਲ ਨੇ ਕਿ ਸ਼ਸਤਰਨ ਸਿਉਂ ਅਤਿ ਹੀਰਨ ਭੀਤਰ, ਜੂਝ ਮਰੋ ਕਹਿ ਸਾਚ ਭਤੀਜਾ। ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੋਂ ਕਲਗੀਧਰ ਪਾਤਸ਼ਾਹ ਨੇ ਵਰ ਮੰਗਿਆ ਕਿ ਪਰਮਾਤਮਾ ਤੂੰ ਮੈਨੂੰ ਵਰ ਦਈ ਕਿ ਮੈਂ ਰਣ ਤੱਤੇ ਦੇ ਵਿੱਚ ਜੂਝਣ ਵਾਲਾ ਰਣ ਜੂਝ ਬਣਾ, ਰਣ ਤੱਤੇ ਦੇ ਵਿੱਚ ਪਿੱਠ ਵਿਖਾ ਕੇ ਭੱਜਣ ਵਾਲਾ ਰਣ ਛੋੜ ਨਾ ਬਣਾ। ਅਤੇ ਬੇਨਤੀ ਕਰਾਂ, ਇਹੋ ਜਜ਼ਬਾ ਇਬਾਦਤ ਔਰ ਸ਼ਹਾਦਤ ਦਾ ਪਾਠ ਸਤਿਗੁਰਾਂ ਨੇ ਆਪਣੇ ਖਾਲਸੇ ਨੂੰ ਪੜ੍ਹਾਇਆ। ਇਸੇ ਪਾਠ ਦਾ ਸਦਕਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਮੰਜ਼ਲੇ ਇਸ਼ਕ ਦਰਾਜ਼ ਅਸਤ ਬਪਾ ਨਤਵਾ ਰਫਤ ਸਿਰ ਕਦਮ ਸਾਜ਼ ਦਰ ਰਾਹੇ ਆ ਯਾਰ ਸ਼ਵੀ, ਆਪਣਾ ਸੀਸ ਤਲੀ 'ਤੇ ਧਰ ਕੇ ਸਿਰ ਦੇ ਕਦਮ ਬਣਾ ਕਰਕੇ ਖਾਲਸਾ ਜੀ ਆਪਣੇ ਪਿਆਰੇ ਗੁਰੂ ਰਾਮਦਾਸ ਨੂੰ ਰਿਝਾਇਆ। ਅਤੇ ਮੈਂ ਬੇਨਤੀ ਕਰਾਂ, ਕਲਗੀਧਰ ਪਾਤਸ਼ਾਹ ਨੇ ਆਪਣੀ ਅਲਾਹੀ ਪ੍ਰਸੰਨਤਾ ਦੇ ਬੂਹੇ ਖੋਲ੍ਹੇ, ਸ਼੍ਰੀ ਸਰਬਲੋਕ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਬਚਨ ਕੀਤੇ ਕਿ ਜਿਨ੍ਹਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਜੁੜ ਬੈਠੇ ਹੋ, ਇਹ ਦਉ ਬੀਰ ਅਖੰਡ ਪ੍ਰਚੰਡ ਪ੍ਰਧਾਨ ਹੈ, ਇਨਕੇ ਸਮਕੋ ਨਾਹੇ ਜਗਤ ਮਹਿ ਆਨ ਹੈ, ਤੇਰਣ ਜੁਟੇ ਪਰਮ ਬਲਵਾਨ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਜਿਹੜਾ ਸੂਰਮਾ ਇਬਾਦਤ ਕਰਕੇ ਸ਼ਹਾਦਤ ਦਾ ਜਾਮ ਪੀਂਦਾ, ਜਿੱਥੇ ਸੰਸਾਰ ਦੇ ਵਿੱਚ ਉਹਦੇ ਸਾਹਮਣੇ ਕੋਈ ਖੜ ਨਹੀਂ ਸਕਦਾ, ਉੱਥੇ ਖੁਦਾ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਕੇ ਉਹ ਸਦਾ ਹੀ ਪ੍ਰਧਾਨਗੀ ਦੇ ਹੱਕਦਾਰ ਹੁੰਦੇ ਨੇ। ਕਿਉਂਕਿ ਜੋ ਮਕਬੂਲ ਖੁਦਾ ਕੇ ਹੈ ਪ੍ਰਵਾਨ ਵੀ ਹੈ ਪ੍ਰਧਾਨ ਵੀ ਹੈ, ਜੋ ਮਕਬੂਲ ਖੁਦਾ ਕੇ ਹੈ ਦਰਗਾਹ ਮੇ ਪਾਤੇ ਸ਼ਾਨ ਵੀ ਹੈ, ਦਰਗਾਹ ਦੇ ਵਿੱਚ ਸ਼ਾਨ ਪਾਈ। ਸੱਚੀ ਗੱਲ ਹੈ, ਜਿੱਥੇ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਗੁਰੂ ਗਰੀਬ ਨਿਵਾਜ ਨੇ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੀ ਗੋਦ ਦੇ ਅੰਦਰ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ, ਧੰਨ ਧੰਨ ਬਾਬਾ ਗੁਰਬਖਸ਼ ਸਿੰਘ ਜੀ, ਨਿਹੰਗ ਸਿੰਘ ਜੀ ਨੂੰ ਅਸਥਾਨ ਬਖਸ਼ਿਆ। ਉੱਥੇ ਹੀ ਖਾਲਸਾ ਜੀ ਆਪਣੀ ਗੋਦ ਦੇ ਅੰਦਰ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ, ਧੰਨ ਗੁਰੂ ਰਾਮਦਾਸ ਨੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਸਜਾਇਆ। ਕਿਉਂਕਿ ਵੈਰੀ ਇਹ ਗੱਲ ਕਰਦਾ ਸੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਬਾਹਰ ਕੱਢਣਾ, ਲੇਕਿਨ ਗੁਰੂ ਨੇ ਆਪਣੀ ਕਲਾ ਵਰਤਾ ਕੇ ਇਹ ਪ੍ਰਤੱਖ ਕਰ ਦਿੱਤਾ ਕਿ ਸੰਤ ਬਾਬਾ ਜਰਨੈਲ ਸਿੰਘ ਦੀ ਹਸਤੀ ਨੂੰ ਮਿਟਾਉਣ ਵਾਲਿਓ ਤੁਹਾਡਾ ਦੁਨੀਆ 'ਤੇ ਨਾਮੋ ਨਿਸ਼ਾਨ ਨਹੀਂ ਰਹੇਗਾ, ਪਰ ਗੁਰੂ ਰਾਮਦਾਸ ਦੀ ਪਰਿਕਰਮਾ ਦੇ ਅੰਦਰ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਯਾਦਗਾਰੀ ਅਸਥਾਨ 'ਤੇ ਸੰਗਤਾਂ ਸਦੀਆਂ ਤੱਕ ਨਮਸਕਾਰਾਂ ਕਰਦੀਆਂ ਹੀ ਰਹਿਣਗੀਆਂ। ਸੋ ਉੱਥੇ ਸਿਜਦੇ ਹੁੰਦੇ ਹੀ ਰਹਿਣਗੇ। ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਜੁੜੇ ਹਾਂ। ਮੈਂ ਅਖੀਰ ਬੇਨਤੀ ਕਰਾਂ ਕਿ ਖਾਲਸਾ ਜੀ, ਇਹ ਉਹ ਅਸਥਾਨ ਹੈ ਜਿੱਥੇ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲੇ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਬ੍ਰਹਮ ਗਿਆਨੀ ਮਹਾਂਪੁਰਖ
ਤਿੰਨਾਂ ਨੇ ਬ੍ਰਹਮ ਦੀ ਵਿੱਦਿਆ ਦੇ ਪ੍ਰਵਾਹ ਚਲਾਏ ਤੇ ਹੁਣ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਤਿੰਨਾਂ ਵੱਲੋਂ ਗੁਰਸਿੱਖੀ ਦੇ ਪ੍ਰਚਾਰ ਦੀ ਲਹਿਰ ਚਲਾਈ ਜਾ ਰਹੀ ਹੈ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਇਸ ਸਥਾਨ ਤੇ ਬਚਨ ਕਰਿਆ ਕਰਦੇ ਸਨ ਕਿ ਜਬ ਨਾਚੀ ਤਬ ਘੁੰਘਟ ਕੈਸਾ ਮਟਕੀ ਫੋੜ ਨਰਾਰੀ, ਭਾਵ ਕੇ ਘੁੰਡ ਕੱਢ ਕੇ ਕਦੇ ਪ੍ਰਚਾਰ ਨਹੀਂ, ਨਿੰਦਕਾਂ ਨੂੰ ਜਵਾਬ ਨਹੀਂ। ਖਾਲਸਾ ਜੀ ਮੈਂ ਬੇਨਤੀ ਕਰਾਂ ਕਿ ਸਮਾਂ ਸੀ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ, ਤਿੰਨਾਂ ਨੇ ਮੌਕੇ ਦੇ ਬਾਦਸ਼ਾਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਕੇਵਲ ਤੇ ਕੇਵਲ ਕੇਸਾਂ ਨੂੰ ਕਲ ਫਲਾਉਣ ਦੇ ਅਪਰਾਧ ਵਿੱਚ ਤਲਬ ਕਰਕੇ ਸਜ਼ਾ ਲਗਾਈ। ਹੈਰਾਨੀ ਦੀ ਗੱਲ ਹੈ, ਅੱਜ ਸਰੇਆਮ ਗੁਰੂ ਪੰਥ ਦੇ ਇਤਿਹਾਸ ਦਾ, ਸ਼ਹੀਦਾਂ ਦਾ, ਸਰੋਵਰਾਂ ਦਾ ਖੰਡਨ ਕਰਕੇ ਗੁਰੂ ਖਾਲਸਾ ਪੰਥ ਨੂੰ ਚੁਣੌਤੀਆਂ ਦਿੱਤੀਆਂ ਜਾਣ ਤਾਂ ਮੈਂ ਬੇਨਤੀ ਕਰਾਂ ਸਿੱਖ ਪਾਰਲੀਮੈਂਟ ਨੂੰ ਸੋਚਣਾ ਚਾਹੀਦਾ ਕਿ ਇਹਨਾਂ ਨਿੰਦਕਾਂ ਨੂੰ ਛੇਕਣਾ ਨਹੀਂ, ਸੇਕਣਾ ਜ਼ਰੂਰ ਚਾਹੀਦਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਮਹਿਤਾ ਵਿਖੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਦਮਦਮੀ ਟਕਸਾਲ ਦੇ ਹੈੱਡਕੁਆਟਰ ਵਿਖੇ ਜੂਨ 84 ਦੇ ਸਮੁੱਚੇ ਹੀ ਸ਼ਹੀਦਾਂ ਦੀ ਯਾਦ ਨੂੰ ਮਨਾਉਣ ਦੇ ਲਈ ਗੁਰੂ ਖਾਲਸਾ ਪੰਥ ਦੇ ਦੀਵਾਨ ਇਹ ਸਦਾ ਹੀ ਲੱਗਦੇ ਹੀ ਰਹਿਣਗੇ, ਦੀਵਾਨ ਸਜਾ ਸੱਜਦੇ ਹੀ ਰਹਿਣਗੇ। ਬੇਨਤੀ ਹੈ ਇਹਨਾਂ ਸਥਾਨਾਂ 'ਤੇ ਸਜਿਓ। ਸੰਤ ਬਾਬਾ ਹਰਨਾਮ ਸਿੰਘ ਖਾਲਸਾ ਭਿੰਡਰਾਂ ਵਾਲੇ ਤਿੰਨਾਂ ਵੱਲੋਂ ਇਬਾਦਤ ਦਾ ਪੱਖ ਵੀ ਰੱਖਿਆ ਗਿਆ ਇਹ ਸੰਤਾਂ ਦਾ, ਕਿਉਂਕਿ ਇਬਾਦਤ ਤੋਂ ਬਿਨਾਂ ਸ਼ਹਾਦਤ ਨਹੀਂ। ਉਹਦੀ ਯਾਦ ਆਵੇ ਤਾਂ ਇਬਾਦਤ ਹੁੰਦੀ ਏ, ਜੇ ਇਸ਼ਕ ਹੋ ਜਾਵੇ ਫਿਰ ਸ਼ਹਾਦਤ ਹੁੰਦੀ ਏ। ਪਹਿਲਾਂ ਉਹਦੀ ਯਾਦ ਵਿੱਚ ਜੁੜ ਕੇ ਇਬਾਦਤ ਕਰੀਏ ਤਾਂ ਜਾ ਕੇ ਕਿਤੇ ਸ਼ਹਾਦਤਾਂ ਦੇ ਜਾਮ ਪੀਤੇ ਜਾਣੇ ਨੇ। ਆਓ ਸੰਤਾਂ ਨੂੰ ਨਮਸਕਾਰ ਕਰਨ ਲਈ, ਸ਼ਹੀਦਾਂ ਨੂੰ ਨਮਸਕਾਰ ਕਰਨ ਲਈ ਇੱਕ ਚੜ੍ਹਦੀ ਕਲਾ ਦਾ ਜਕਾਰਾ ਗਜਾ ਕੇ ਉਹਨਾਂ ਨੂੰ ਨਮਸਕਾਰ ਕਰੀਏ ਔਰ ਖਿਮਾ ਦੇ ਜਾਚਕ ਹੋਈਏ। ਗਜ ਕੇ ਜਕਾਰੇ ਗਜਾਵੇ, ਨਿਹਾਲੋ ਜਾਵੇ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰ ਸਹਿਤ ਬੇਨਤੀ ਹੈ ਨਿਰਮਲ ਸੰਪਰਕ।